ਨੈਕਸਟ ਚੈਪਟਰ ਹੈ ਡਿਵੈਂਚਰ ਦਾ। ਡਿਵੈਂਚਰ ਦੀ ਸ਼ੁਰੂਆਤ ਵਾਲੀ ਐਂਟਰੀ ਸੇਮ ਟੂ ਸੇਮ ਨੇ ਸ਼ੇਅਰ ਕੈਪਟਲ ਵਾਲੀਆਂ ਕਿਹਾ ਜਾਂਦਾ ਵੀ ਸ਼ੇਅਰ ਕੈਪਟਲ ਜਿਹਨੂੰ ਆਉਂਦੀ ਹੈ ਡਿਵੈਂਚਰ ਉਹਨਾਂ ਨੂੰ ਆਉਂਦਾ ਚੈਪਟਰ। ਠੀਕ, ਫਿਰ ਡਿਵੈਂਚਰ 'ਚ ਔਖਾ ਹੋਰ ਕੀ ਆ, ਸਾਰਾ ਸੇਮ ਟੂ ਸੇਮ ਨਹੀਂ ਹੈਗਾ, ਕੁਝ ਚੀਜ਼ਾਂ ਔਖੀਆਂ ਵੀ ਨੇ ਕਿਉਂਕਿ ਡਿਵੈਂਚਰ ਡਿਸਕਾਊਂਟ 'ਤੇ ਵੀ ਇਸ਼ੂ ਹੋ ਜਾਂਦੇ ਨੇ ਅਤੇ ਸ਼ੇਅਰ 'ਤੇ ਇਸ਼ੂ ਨਹੀਂ ਸੀ ਹੁੰਦੇ। ਸਭ ਤੋਂ ਪਹਿਲਾਂ ਤਾਂ ਇਹੀ ਨਿਬੇੜੀ ਹੈ। ਦੇਖਿਓ ਜ਼ਰਾ, ਇਸ਼ੂ ਫਰੋਮ ਰਿਡੈਂਪਸ਼ਨ ਪੁਆਇੰਟ ਆਫ ਵਿਊ, ਠੀਕ ਹੈ ਜੀ, ਇਸ਼ੂ ਕਿਤੇ ਆਪਣਾ ਡਿਵੈਂਚਰਸ ਰਿਡੈਂਪਸ਼ਨ ਦੇ ਪੁਆਇੰਟ ਆਫ ਵਿਊ ਤੋਂ ਕਿਆ ਚੱਕਰ ਹੈ ਕਿ ਆਪਾਂ ਨੂੰ ਪਤਾ ਵੀ ਸ਼ੇਅਰ ਤਾਂ ਚਲੋ ਆਪਾਂ ਬਾਏਬੈਕ, ਸ਼ੇਅਰ ਦਾ ਬੜਾ ਰੇਅਰ ਹੁੰਦਾ ਕਿ ਕੰਪਨੀ ਸ਼ੇਅਰ ਹੋਲਡਰ ਨੂੰ ਪੈਸੇ ਵਾਪਸ ਦੇਵੇ, ਬਟ ਡਿਵੈਂਚਰ ਜ਼ਿਆਦਾਤਰ ਸਿਕਿਓਰਡ ਹੁੰਦੇ ਨੇ ਅਤੇ ਉਹਨਾਂ ਨੂੰ ਰਿਡੀਮੇਬਲ ਹੁੰਦੇ ਨੇ ਡਿਵੈਂਚਰ। ਠੀਕ ਹੈ, ਸੱਚ ਇੱਕ ਇਹ ਵੀ ਥਿਊਰੀ ਯਾਦ ਕਰ ਲੈਣਾ, ਰਿਡੀਮੇਬਲ ਇਰਿਡੀਮੇਬਲ ਡਿਵੈਂਚਰ ਜਿਹੜੇ ਰਿਡੀਮ ਹੋ ਸਕਦੇ ਹਨ ਜਿਨ੍ਹਾਂ ਦੇ ਪੈਸੇ ਵਾਪਸ ਮਿਲਣਗੇ, ਇਰਿਡੀਮੇਬਲ ਜਿਹੜੇ ਨਹੀਂ ਮਿਲਣਗੇ ਜੀ, ਕਨਵਰਟੇਬਲ ਨੋਨ ਕਨਵਰਟੇਬਲ ਜਿਨ੍ਹਾਂ ਨੂੰ ਸ਼ੇਅਰ 'ਚ ਕਨਵਰਟ ਕਰ ਸਕਦੇ ਹਾਂ ਜਿਨ੍ਹਾਂ ਨੂੰ ਨਹੀਂ ਕਰ ਸਕਦੇ। ਇੱਕ ਸਿਕਿਓਰ ਅਤੇ ਅਨਸਿਕਿਓਰ ਡਿਵੈਂਚਰਸ ਹੁੰਦੇ ਨੇ। ਸਿਕਿਓਰ ਮਤਲਬ ਉਹ ਸਿਕਿਓਰਡ ਨੇ, ਅਗਰ ਕੰਪਨੀ ਪੈਸੇ ਦੇਣ ਤੋਂ ਮਨਾ ਕਰਦੀ ਹੈ ਤਾਂ ਜੋ ਹੋਲਡਰ ਹੈ ਤਾਂ ਉਹ ਫਿਰ ਆਪਣੇ ਐਸਟਸ ਉੱਤੇ ਕਲੇਮ ਕਰ ਸਕਦਾ ਕੰਪਨੀ ਦੇ। ਡਿਵੈਂਚਰ ਸਿਕਿਓਰ ਨੇ, ਸਿਕਿਓਰ ਨੇ ਕੰਪਨੀ ਦੇ ਐਸਟਸ ਦੇ ਨਾਲ, ਅਗਰ ਅਨਸਿਕਿਓਰਡ ਹੈ ਤਾਂ ਫਿਰ ਸਿਕਿਓਰਟੀ ਨਹੀਂ ਹੈਗੀ ਹੈ। ਦੂਸਰੇ ਹੈਗੇ ਨੇ ਰਜਿਸਟਰਡ ਅਤੇ ਅਨਰਜਿਸਟਰਡ ਬੋਲੇ ਜਾਂਦੇ ਨੇ। ਅਨਰਜਿਸਟਰਡ ਨੂੰ ਕਹਿੰਦੇ ਆ ਬੀਅਰਰ, ਰਜਿਸਟਰਡ ਮਤਲਬ ਜਿਸ ਬੰਦੇ ਕੋਲ ਹੋਲਡਰ ਹੈ ਜਿਹੜਾ ਉਹਦਾ ਨਾਮ ਬਕਾਇਦਾ ਕੰਪਨੀ ਦੇ ਅਕਾਊਂਟਸ ਦੇ ਵਿੱਚ ਹੈ, ਇੰਟਰਸਟ ਉਸ ਨੂੰ ਹੀ ਮਿਲੇਗਾ। ਠੀਕ ਹੈ, ਦੂਸਰਾ ਇਹ ਹੋ ਜਾਂਦਾ ਕਿ ਹੋਲਡਰ ਬੀਅਰਰ ਬੋਲਦੇ ਹਾਂ ਆਪਾਂ ਜਾਂ ਅਨਰਜਿਸਟਰਡ ਬੋਲਦੇ ਹਾਂ, ਜਿਵੇਂ ਮੇਰੇ ਦੋਸਤ ਨੂੰ ਡਿਵੈਂਚਰ ਇਸ਼ੂ ਸੀਗੇ ਪਰ ਉਹਨੇ ਚੱਕ ਕੇ ਮੈਨੂੰ ਫੜਾ ਤੇ ਤਾਂ ਇੰਟਰਸਟ ਮੈਨੂੰ ਮਿਲੂਗਾ, ਮੇਰਾ ਨਾਮ ਨਹੀਂ ਰਜਿਸਟਰਡ ਹੈਗਾ, ਜਸਟ ਚੱਕ ਕੇ ਉਹਨੂੰ ਐਵੇਂ ਕਾਗਜ਼ ਫੜਾਤਾ। ਠੀਕ ਹੈ ਜੀ, ਤਾਂ ਬੀਅਰਰ ਜਿਹਦੇ ਹੱਥ 'ਚ ਡਿਵੈਂਚਰ ਹੋਣ ਬਸ ਉਹਨੂੰ ਇੰਟਰਸਟ ਮਿਲ ਜਾਂਦਾ। ਇੱਕ ਰਜਿਸਟਰਡ ਡਿਵੈਂਚਰ ਹੁੰਦੇ ਨੇ ਜਿਹਦੇ ਨਾਮ 'ਤੇ ਸਿਰਫ ਉਹਨੂੰ ਇੰਟਰਸਟ ਮਿਲੇਗਾ ਜੀ। ਚਲੋ ਆਹ ਗੱਲਾਂ ਹੋ ਗਈਆਂ, ਹੁਣ ਮਾੜਾ ਜਿਹਾ ਆ ਦੇਖੀਏ ਇੱਕਦਮ ਰਿਡੈਂਪਸ਼ਨ ਦੇ ਪੁਆਇੰਟ ਆਫ ਵਿਊ ਤੋਂ ਕਿਆ ਹਿਸਾਬ ਕਿਤਾਬ ਹੈ ਡਿਵੈਂਚਰ ਦਾ ਜੀ। ਸਭ ਤੋਂ ਪਹਿਲਾ ਕੇਸ, ਇਸ਼ੂ ਐਟ ਪਾਰ ਰਿਡੀਮੇਬਲ ਐਟ ਪਾਰ, ਸਿੰਪਲ ਹੈ, ਬਿਲਕੁਲ ਸਿੰਪਲ ਹੈ। ਮੇਨ ਪੰਗਾ ਪਏਗਾ ਜਦੋਂ ਰਿਡੈਂਪਸ਼ਨ ਪ੍ਰੀਮੀਅਮ 'ਤੇ ਹੋਏਗੀ। ਦੇਖੋ ਰਿਡੈਂਪਸ਼ਨ ਡਿਸਕਾਊਂਟ 'ਤੇ ਨਹੀਂ ਹੋ ਸਕਦੀ, ਕਿਸੇ ਦਾ ਦਿਮਾਗ ਨਹੀਂ ਖਰਾਬ ਹੈਗਾ ਕਿ ਬਾਅਦ ਜਾ ਕੇ ਪੈਸੇ ਘੱਟ ਲਵੇਗਾ, ਉਹ ਜਾਂ ਤਾਂ ਪੂਰੇ ਪੂਰੇ ਪੈਸੇ ਲਏਗਾ, ਪਾਰ ਮਤਲਬ ਬਰਾਬਰ ਪੈਸੇ, ਉਨੇ ਹੀ ਪੈਸੇ, ਡਿਸਕਾਊਂਟ ਮਤਲਬ ਘੱਟ ਪੈਸੇ, ਪ੍ਰੀਮੀਅਮ ਮਤਲਬ ਵੱਧ ਪੈਸੇ। ਠੀਕ ਹੈ ਨਾ, ਤਾਂ ਹੁਣ ਇਸ਼ੂਡ ਪਾਰ ਰਿਡੀਮੇਬਲ ਪਾਰ ਸਿੰਪਲ ਹੈ, ਬੈਂਕ ਅਕਾਊਂਟ ਡੈਬਿਟਡ ਟੂ ਡਿਵੈਂਚਰ ਐਪਲੀਕੇਸ਼ਨ, ਦੂਸਰੀ ਐਂਟਰੀ ਡਿਵੈਂਚਰ ਐਪਲੀਕੇਸ਼ਨ ਡੈਬਿਟਡ ਟੂ ਡੈਸ਼ ਪਰਸੈਂਟ ਡਿਵੈਂਚਰਸ ਅਕਾਊਂਟ। ਠੀਕ ਹੈ, ਇਹ ਪਹਿਲਾ ਕੇਸ ਹੈ। ਹੁਣ ਇਸੇ ਤੋਂ ਹੀ ਆਪਾਂ ਹੁਣ ਥੋੜ੍ਹਾ ਖਲਾਰਾ ਪਾਉਂਦੇ ਹਾਂ, ਬਾਕੀ ਕੇਸ ਬਣਾ ਕੇ ਦਿਖਾਉਣਾ ਤੁਹਾਨੂੰ ਮੈਂ। ਦੂਜਾ ਕੇਸ, ਅਗਰ ਇਸ਼ੂਅਰਡ ਡਿਸਕਾਊਂਟ ਹੋਵੇ, ਠੀਕ, ਤਾਂ ਫਿਰ ਕੀ ਆਏਗਾ ਜੀ, ਆਪਣਾ ਸਪੋਜ਼ ਕਰੋ ਪਹਿਲਾਂ ਜਿਵੇਂ 100-100 ਦਾ ਲਾ ਲੈਂਦੇ ਆਪਾਂ, ਇੱਥੇ ਜਿਵੇਂ ਸਪੋਜ਼ ਕਰੋ 90 ਰੁਪਏ ਦਾ ਮਤਲਬ ਵੇਚਿਆ ਆਪਾਂ ਨੇ, ਠੀਕ ਹੈ, ਰਿਡੀਮੇਬਲ ਪਾਰ 'ਤੇ ਹੀ 100 ਰੁਪਏ 'ਤੇ ਰਿਡੀਮ ਹੋਏਗਾ ਜੀ। ਠੀਕ ਹੈ, ਤਾਂ ਇੱਥੇ ਬੈਂਕ ਅਕਾਊਂਟ ਡੈਬਿਟ ਟੂ ਡਿਵੈਂਚਰ ਐਪਲੀਕੇਸ਼ਨ 90 ਰੁਪਏ, ਠੀਕ, ਡਿਵੈਂਚਰ ਐਪਲੀਕੇਸ਼ਨ ਡਿਸਕਾਊਂਟ ਔਨ ਇਸ਼ੂ
ਆਫ ਡਿਬੈਂਚਰ ਇੱਥੇ ਡੈਬਿਟ ਹੋਏਗਾ। ਡਿਸਕਾਊਂਟ ਲਿਖ ਸਕਦੇ ਹੋ ਜਾਂ ਇੱਕ ਹੋਰ ਪਿਆਰਾ ਵਰਡ ਆ ਲੋਸ ਡੈਬਿਟਡ। ਤਾਂ 10 ਰੁਪਏ ਦਾ ਲੋਸ ਹੋ ਗਿਆ, ਡਿਸਕਾਊਂਟ ਹੋ ਗਿਆ 90 ਰੁਪਏ ਦਾ, ਇੱਥੇ ਆਏਗਾ, ਇੱਥੇ ਪੂਰਾ ਸੋਸ਼ਲ 100 ਹੀ ਸ਼ੋਅ ਕਰਾਂਗੇ ਆਪਾਂ। ਤੀਸਰਾ, ਡਿਸਕਾਊਂਟ ਦੀ ਜਗ੍ਹਾ 'ਤੇ ਅਗਰ ਪ੍ਰੀਮੀਅਮ ਆ ਜਾਵੇ, ਸਪੋਜ਼ ਕਰੋ 120 ਦੇ ਸ਼ੋਅ ਮਤਲਬ ਇਸ਼ੂ ਕੀਤੇ ਨੇ, 100 ਰੁਪਏ ਵਾਲੇ 120 ਦੇ ਕੀਤੇ ਨੇ, ਤਾਂ ਇੱਥੇ ਐਂਟਰੀ ਕਿਆ ਬਣੇਗੀ? ਇੱਥੇ 120, ਇੱਥੇ 120, ਇੱਥੇ 120। ਹੁਣ ਇੱਕ ਗੱਲ ਤਾਂ ਯਾਦ ਰੱਖੋ ਵੀ ਇੱਥੇ ਜਿਹੜਾ ਪਰਸੈਂਟੇਜ ਡੈਸ਼ ਪਰਸੈਂਟ ਡਿਵੈਂਚਰ ਲਿਖਣਾ ਹੈ, ਇਹਦੇ ਵਿੱਚ ਹਮੇਸ਼ਾ ਫੇਸ ਵੈਲਿਊ ਆਉਂਦੀ ਹੈ। ਰੱਟਾ ਮਾਰ ਲਓ ਚਾਹੇ ਲਰਨ ਕਰ ਲਓ, ਇਹਦੇ ਵਿੱਚ ਹਮੇਸ਼ਾ ਫੇਸ ਵੈਲਿਊ ਆਏਗੀ। ਤਾਂ ਇੱਥੇ 100 ਹੀ ਆਏਗਾ, ਤਾਂ ਫਿਰ ਜਿਹੜਾ 20 ਰੁਪਏ ਉਹ ਕੀ ਹੈ? ਸਿਕਿਉਰਿਟੀ ਪ੍ਰੀਮੀਅਮ। ਠੀਕ, ਇਹ ਸਿਕਿਉਰਿਟੀ ਪ੍ਰੀਮੀਅਮ ਵਾਸਤੇ ਦੋ ਕੇਸ, ਤਿੰਨ ਕੇਸ ਹੋ ਗਏ ਨਾ। ਠੀਕ, ਹੁਣ ਮੇਨ ਆਏ ਚੌਥਾ ਕੇਸ 'ਤੇ, ਔਖੇ ਨੇ, ਦੇਖਿਓ ਉਹੀ ਇੰਪੋਰਟੈਂਟ ਹੈ ਜਿਹਦੇ ਪਿੱਛੇ ਮੇਨ ਮੈਂ ਕਰਾਇਆ ਮੈਨੇ। ਪਹਿਲਾਂ ਇਸ਼ੂ ਐਟ ਪਾਰ ਦੀ ਕਰਦੇ ਹਾਂ, ਇੱਥੇ ਚੇਂਜ ਹੋਏਗਾ। ਰਿਡੀਮੇਬਲ ਐਟ ਪ੍ਰੀਮੀਅਮ, ਸਪੋਜ਼ ਕਰੋ 130 'ਤੇ ਪ੍ਰੀਮੀਅਮ, 130 'ਤੇ ਰਿਡੀਮ ਹੋ ਰਹੇ ਨੇ, ਤਾਂ ਇੱਥੇ ਐਂਟਰੀ ਕਿਆ ਆਏਗੀ ਜੀ? ਦੇਖੋ ਜੀ, ਪੈਸੇ ਤਾਂ ਪਹਿਲਾਂ ਉਨੀ ਆਏ, ਪਾਰ ਮਤਲਬ 100 ਦਾ 100, 100 ਰੁਪਇਆ 100 ਰੁਪਇਆ। ਇੱਥੇ ਮਾੜਾ ਜਿਹਾ ਹਿੱਲੇਗਾ ਸਿਸਟਮ 'ਚ, ਕੀ ਹਿੱਲੇਗਾ ਜੀ? 100 ਰੁਪਏ ਇੱਥੇ ਆਏਗਾ, ਡਿਵੈਂਚਰ ਦੇ ਵਿੱਚ ਤਾਂ ਫੇਸ ਵੈਲਿਊ ਹੀ ਪਾਉਣੀ ਹੈ। ਜਿਹੜਾ ਪ੍ਰੀਮੀਅਮ ਹੈ, ਇਹ ਪ੍ਰੀਮੀਅਮ ਉਸ ਟਾਈਮ ਪ੍ਰੋਬਲਮ ਕ੍ਰੀਏਟ ਕਰੇਗਾ ਜਦੋਂ ਆਪਾਂ ਨੇ ਪੈਸੇ ਪੇ ਕਰਨੇ ਹੋਣਗੇ ਅੱਜ ਤੋਂ ਕੁਛ ਸਾਲਾਂ ਬਾਅਦ। ਹੁਣ ਆਪਾਂ ਬਸ ਇਹ ਕਰਾਂਗੇ ਕਿ 30 ਰੁਪਏ ਨੂੰ ਇੱਥੇ ਲਿਖਾਂਗੇ ਪ੍ਰੀਮੀਅਮ ਔਨ ਰਿਡੈਂਪਸ਼ਨ ਆਫ ਡਿਵੈਂਚਰ। ਇਹਨੂੰ ਇੱਕ ਲੌਂਗ ਟਰਮ ਲਾਇਬਿਲਿਟੀ, ਠੀਕ ਹੈ, ਬਣਾ ਕੇ ਰੱਖ ਲਾਂਗੇ, ਅਤੇ ਨੋਨ ਕਰੰਟ ਲਾਇਬਿਲਿਟੀ ਬਣ ਜਾਏਗੀ ਇਹ, 30 ਰੁਪਏ ਇੱਥੇ ਸ਼ੋਅ ਹੋਏਗਾ। ਅਤੇ ਇਹ ਲਾਇਬਿਲਿਟੀ ਤਾਂ ਕ੍ਰੀਏਟ ਹੋ ਜਾਏਗੀ, ਪਰ ਅੱਜ ਆਪਣੇ ਵਾਸਤੇ ਲੋਸ ਹੋ ਗਿਆ ਇੱਕ ਤਰੀਕੇ ਦਾ। ਤਾਂ ਇੱਥੇ ਲੋਸ ਔਨ ਇਸ਼ੂ ਆਫ ਡਿਵੈਂਚਰ ਡੈਬਿਟ ਕਰ ਦਾਂਗੇ 30 ਰੁਪਏ। ਠੀਕ, ਬਸ ਇੰਨਾ। ਅਗਲਾ ਦੇਖਿਓ, ਬੜਾ ਇੰਪੋਰਟੈਂਟ ਹੈ। ਅਗਰ ਪੰਜਵਾਂ ਕੇਸ ਡਿਸਕਾਊਂਟ 'ਤੇ, ਮੰਨ ਕੇ ਚੱਲੋ 90 ਰੁਪਏ 'ਤੇ ਸੀਗਾ, ਤਾਂ ਇੱਥੇ ਵੀ ਆਪਣਾ ਫਿਰ 90 ਸ਼ੋਅ ਹੋਏਗਾ। ਹੁਣ ਮਜ਼ਾ ਆਏਗਾ, ਦੇਖੋ ਆਰਾਮ ਨਾਲ ਕਰਦੇ ਹਾਂ। ਇੱਥੇ 90 ਸ਼ੋਅ ਹੋਏਗਾ, ਡਿਵੈਂਚਰ ਤੁਹਾਨੂੰ ਪਤਾ ਹੀ ਹੈ ਆਪਾਂ ਪੂਰੀ ਫੇਸ ਵੈਲਿਊ ਲਿਖਣੀ ਹੈ 100, ਪ੍ਰੀਮੀਅਮ 130 ਹੀ ਹੈ, ਤਾਂ ਲੋਸ ਹੁਣ ਕਿੰਨਾ ਹੋ ਗਿਆ? ਧਿਆਨ ਨਾਲ ਸਮਝੋ, ਇੱਕ ਤਾਂ ਦੇਖੋ ਆਹ ਪ੍ਰੀਮੀਅਮ ਕਰਕੇ ਲੋਸ ਹੋਇਆ 30 ਰੁਪਏ ਦਾ, ਪਲੱਸ ਜਿਹੜਾ ਡਿਸਕਾਊਂਟ ਕਰਕੇ ਲੋਸ ਹੋਇਆ ਉਹ ਅਲੱਗ, ਇੱਥੇ ਲੋਸ ਸ਼ੋਅ ਕਰਾਂਗੇ ਆਪਾਂ ਪੂਰੇ 40 ਰੁਪਏ ਦਾ। ਹੋ ਗਿਆ ਹਿਸਾਬ ਕਿਤਾਬ ਬਰਾਬਰ? ਠੀਕ, ਅੱਗੇ ਦੇਖਿਓ ਜੀ, ਛੇਵਾਂ ਕੇਸ। ਡਿਸਕਾਊਂਟ ਦੀ ਬਜਾਏ ਅਗਰ ਆਪਾਂ ਕਰੀਏ ਪ੍ਰੀਮੀਅਮ 'ਤੇ ਹੀ ਇਸ਼ੂ ਅਤੇ ਪ੍ਰੀਮੀਅਮ 'ਤੇ ਹੀ ਰਿਡੈਂਪਸ਼ਨ, 120 'ਤੇ ਸਪੋਜ਼ ਕਰੋ ਇਸ਼ੂ ਕੀਤਾ ਸੀਗਾ, 130 'ਤੇ ਆਪਾਂ ਅਗਰ ਰਿਡੀਮ ਕਰੀਏ, ਹੁਣ ਇੱਥੇ ਮਜ਼ਾ ਆਏਗਾ ਅਤੇ ਇੱਥੇ ਖਲਾਰਾ ਜ਼ਿਆਦਾ ਪਏਗਾ। ਥੋੜ੍ਹੀ ਮੈਂ ਇਰੇਜ਼ ਕਰ ਲਵਾਂ। ਦੇਖਿਓ ਇਹਦੇ ਵਿੱਚ ਕੀ ਕਰਨਾ ਹੈ, 120 ਰੁਪਏ ਆਏ, ਡਿਵੈਂਚਰ ਐਪਲੀਕੇਸ਼ਨ 120, ਇੱਕ ਤਾਂ ਰੱਟਾ ਹੀ ਹੈ ਨਾ, ਡੈਸ਼ ਪ੍ਰਸੈਂਟ ਡਿਵੈਂਚਰਸ, ਆਪਾਂ ਇੱਥੇ 100 ਹੀ ਲਿਖਾਂਗੇ।
ਜਿਹੜਾ ਉਹ ਸੀਗਾ ਲੋਸ ਔਨ ਇਸ਼ੂ ਆਫ ਡਿਵੈਂਚਰ ਅਤੇ ਪ੍ਰੀਮੀਅਮ ਔਨ ਰਿਡੈਂਪਸ਼ਨ ਜਿਹੜਾ 30 ਰੁਪਏ ਹੈ 30-30 ਠੀਕ ਬਸ ਰਹਿ ਕੇ ਗਿਆ ਇਸ਼ੂ ਵਾਲਾ ਪ੍ਰੀਮੀਅਮ ਰਹਿ ਗਿਆ ਜੀ ਸ਼ੋ ਕਰਨਾ ਉਹਨੂੰ ਕੀ ਬੋਲਦੇ ਆਪਾਂ ਸਿਕਿਉਰਿਟੀ ਪ੍ਰੀਮੀਅਮ 20 ਰੁਪਏ ਦਾ ਕਹਾਣੀ ਖਤਮ ਠੀਕ ਇਸ ਤੋਂ ਇਲਾਵਾ ਹੁਣ ਇਸ ਚੈਪਟਰ ਦੇ ਵਿੱਚ ਇੱਕ ਨੇ ਟੋਪਿਕ ਹੈ ਕਲੈਕਟਰ ਸਿਕਿਉਰਿਟੀ ਦਾ ਦੇਖੋ ਬੇਸਿਕਲੀ ਕਲੈਕਟਰ ਸਿਕਿਉਰਿਟੀ ਹੁੰਦੀ ਕਿਆ ਹੈ ਪਹਿਲੇ ਸਮਝ ਲਓ ਮੈਂ ਬੈਂਕ ਤੋਂ ਲੋਨ ਲਿਆ ਬੈਂਕ ਵਾਲੇ ਕਹਿੰਦੇ ਸਿਕਿਉਰਿਟੀ ਦਿਓ ਤੁਹਾਡੇ ਤੋਂ ਭਰੋਸਾ ਨਹੀਂ ਮੈਂ ਠੀਕ ਆ ਭਾਈ ਲੈ ਲਓ ਸਿਕਿਉਰਿਟੀ ਉਹਨਾਂ ਨੇ ਆਪਣੀ ਸਿਕਿਉਰਿਟੀ ਸਪੋਜ਼ ਕਰ ਮੈਂ ਘਰ ਦੇ ਕਾਗਜ਼ ਦੇ ਤੇ ਹੁਣ ਘਰ ਦੇ ਕਾਗਜ਼ ਜ਼ਮੀਨ ਦਾ ਪ੍ਰੋਬਲਮ ਇਹ ਹੈ ਆਮ ਤੌਰ 'ਤੇ ਬੈਂਕ ਵਾਲੇ ਸਿਆਣੇ ਨੇ 25 ਲੱਖ ਰੁਪਏ ਦਾ ਘਰ ਦੇ ਕਾਗਜ਼ ਜੇ ਲੈਣਗੇ 25 ਲੱਖ ਰੁਪਏ ਦੇ ਘਰ ਦੇ ਕਾਗਜ਼ ਤਾਂ ਉਹ 25 ਲੱਖ ਦੇ ਮਗਰ 15 ਜਾਂ 20 ਲੱਖ ਦਾ ਲੋਨ ਮਸਾ ਦੇਣਗੇ 15 ਹੀ ਦੇਣਗੇ ਅੱਬਲ ਤਾਂ ਕਿਉਂਕਿ ਉਹਨਾਂ ਨੂੰ ਪਤਾ ਵੀ ਕੱਲ੍ਹ ਨੂੰ ਪ੍ਰੋਪਰਟੀ ਦਾ ਰੇਟ ਘੱਟ ਵੱਧ ਗਿਆ ਸਾਡੀ ਤਾਂ ਲਹਿਰ ਲੱਗ ਜਾਣੀ ਹੈ ਜੇ ਬੰਦੇ ਨੇ ਪੈਸੇ ਨਾ ਮੋੜੇ ਐਸਾ ਹੁੰਦਾ ਠੀਕ ਤਾਂ ਉਸ ਟਾਈਮ 'ਤੇ ਬੈਂਕ ਵਾਲੇ ਕਹਿਣਗੇ ਪ੍ਰਾਇਮਰੀ ਸਿਕਿਉਰਟੀ ਤੁਹਾਡੀ ਠੀਕ ਹੈ ਮੰਨ ਗਏ ਅਸੀਂ ਪਰ ਆਪਣੀ ਸੈਕੰਡਰੀ ਸਿਕਿਉਰਟੀ ਦਾ ਵੀ ਇੰਤਜ਼ਾਮ ਰੱਖੋ ਕੰਪਨੀ ਦੇ ਵਿੱਚ ਇਹ ਜ਼ਿਆਦਾ ਦੇਖੋ ਪੁਆਇੰਟ ਐਵੇਂ ਹੋ ਜਾਂਦਾ ਕਿ ਕੰਪਨੀ ਨੇ ਪ੍ਰਾਇਮਰੀ ਸਿਕਿਉਰਟੀ ਵਜੋਂ ਆਪਣੀ ਕਾਗਜ਼ ਕਿਤੇ ਜ਼ਮੀਨ ਦੇ ਦਿਖਾ ਤੇ ਜਾਂ ਕੁਛ ਵੀ ਕਰਤਾ ਸੈਕੰਡਰੀ ਸਿਕਿਉਰਟੀ ਵਾਸਤੇ ਬੈਂਕ ਵਾਲੇ ਕਹਿੰਦੇ ਨੇ ਡਿਵੈਂਚਰ ਤਿਆਰ ਰੱਖੋ ਆਪਣੇ ਜਿਹੜੇ ਤੁਸੀਂ ਸ਼ੋ ਕਰੋਗੇ ਆਪਣੀ ਬੁੱਕਸ ਦੇ ਵਿੱਚ ਕਿ ਉਹ ਸਿਕਿਉਰਡ ਨੇ ਕਿ ਤੁਹਾਡਾ ਲੋਨ ਸਿਕਿਉਰ ਹੈ ਐਜ਼ ਅ ਕਲੈਕਟਰ ਸਿਕਿਉਰਟੀ ਆ ਡਿਵੈਂਚਰਸ ਦੇ ਨਾਲ ਠੀਕ ਬੈਂਕ ਵਾਲੇ ਉਹ ਡਿਵੈਂਚਰ ਲੈਣਗੇ ਅਗਰ ਕੱਲ੍ਹ ਨੂੰ ਪ੍ਰਾਇਮਰੀ ਸਿਕਿਉਰਟੀ ਨਾਲ ਲੋਨ ਦਾ ਖਰਚਾ ਪੂਰਾ ਨਹੀਂ ਹੋਇਆ ਬਸ ਹੁਣ ਉਹ ਕਲੈਕਟਰ ਸਿਕਿਉਰਟੀ ਦਾ ਜਿਹੜਾ ਸੀਨ ਹੈ ਕਲੈਕਟਰ ਸਿਕਿਉਰਟੀ ਐਜ਼ ਅ ਸੈਕੰਡਰੀ ਸਿਕਿਉਰਟੀ ਹੁੰਦੀ ਹੈ ਮੇਨ ਸਿਕਿਉਰਟੀ ਨਹੀਂ ਸੈਕੰਡਰੀ ਸਿਕਿਉਰਟੀ ਉਹਦੇ ਵਾਸਤੇ 2 ਮੈਥਡ ਨੇ ਜਾਂ ਤਾਂ ਉਹਨੂੰ ਬੁੱਕਸ ਸ਼ੋਅ ਕਰਦੇ ਆ ਜਾਂ ਨਹੀਂ ਕਰਦੇ ਜੀ ਅਗਰ ਉਹਨੂੰ ਸ਼ੋਅ ਕਰਾਂਗੇ ਅਤੇ ਨਹੀਂ ਕਰਾਂਗੇ 2 ਮੈਥਡ ਕੀ ਹੈ ਜੇ ਨਹੀਂ ਕਰਦੇ ਤਾਂ ਬੜਾ ਸਿੰਪਲ ਜਿਹਾ ਹਿਸਾਬ ਹੈ ਜੀ ਬੈਲੈਂਸ ਸ਼ੀਟ ਦੇ ਵਿੱਚ ਲੋਨ ਦਿਖਾਇਆ ਨੋਨ ਕਰੰਟ ਲਾਇਬਿਲਟੀ ਠੀਕ ਹੈ 10 ਲੱਖ ਦਾ ਲੋਨ ਜੋ ਵੀ ਹੈ ਅਤੇ ਜਦੋਂ ਨੋਟ ਟੂ ਅਕਾਊਂਟਸ ਦੇ ਵਿੱਚ ਉਹ ਨੋਨ ਕਰੰਟ ਲਾਇਬਿਲਟੀ ਦੀ ਆਪਾਂ ਨੇ ਡਿਟੇਲ ਦਿਖਾਈ ਉੱਥੇ ਲਿਖਿਆ ਵੀ 1,000 ਰੁਪਏ ਦਾ ਬੈਂਕ ਲੋਨ ਸੀਗਾ ਭਾਈ 10 ਲੱਖ ਰੁਪਏ ਦਾ ਉਹਦੇ ਨੀਚੇ ਬ੍ਰੈਕਟ 'ਚ ਲਿਖ ਦਾਂਗੇ ਸਿਕਿਉਰਡ ਬਾਏ ਸਪੋਜ਼ ਕਰੋ 5,000 ਡਿਬੈਂਚਰ ਆਫ ਰੁਪਏ 100 ਈਚ ਐਜ਼ ਕੋਲੈਕਟਰਲ ਸਿਕਿਉਰਿਟੀ ਸਿਰਫ ਇੱਕ ਲਾਈਨ ਬ੍ਰੈਕਟ 'ਚ ਲਿਖ ਕੇ ਕਹਾਣੀ ਖਤਮ ਬਸ ਇਹ ਇੱਕ ਤਰੀਕਾ ਹੈ ਅਗਰ ਸ਼ੋਅ ਨਹੀਂ ਕਰਨਾ ਅਗਰ ਸ਼ੋਅ ਕਰਨਾ ਮਤਲਬ ਅਗਰ ਐਂਟਰੀ ਪਾਉਣੀ ਹੈ ਬੇਸਿਕਲੀ 2 ਗੱਲਾਂ ਨੇ ਵੀ ਐਂਟਰੀ ਪਾਉਣੀ ਜਾਂ ਐਂਟਰੀ ਨਹੀਂ ਪਾਉਣੀ ਅਗਰ ਐਂਟਰੀ ਪਾਉਣੀ ਤਾਂ ਮੈਂ ਐਂਟਰੀ ਦਿਖਾ ਦਿੰਦਾ ਐਂਟਰੀ ਬੜੀ ਪਿਆਰੀ ਹੈ 2% ਡਿਵੈਂਚਰਸ ਅਕਾਊਂਟ ਹੁਣ ਦੇਖੋ ਪੈਸੇ ਤਾਂ ਆਏ ਨਹੀਂ ਡਿਵੈਂਚਰਸ ਦੇ ਉੱਤੇ ਨਾ ਹੀ ਕੋਈ ਮਸ਼ੀਨ ਮਸ਼ੂਨ ਆਈ ਹੈ ਜਾਂ ਸਮਾਨ ਆਇਆ ਤਾਂ ਉੱਪਰ ਆਪਾਂ ਲਿਖਦੇ ਹੁੰਦੇ ਹਾਂ ਇੱਕ ਨਵਾਂ ਜਿਹਾ ਅਕਾਊਂਟ ਆਪਾਂ ਡੈਬਿਟ ਕਰਦੇ ਹਾਂ ਡਿਵੈਂਚਰ ਸਸਪੈਂਸ ਅਕਾਊਂਟ ਡੈਬਿਟਡ 2% ਡਿਵੈਂਚਰ ਜਿਹੜੇ 5 ਲੱਖ ਦੇ ਡਿਵੈਂਚਰ ਇਸ਼ੂ ਕੀਤੇ ਸੀ ਆਪਾਂ ਨੇ ਆਪਾਂ ਇੱਦਾਂ ਦਿਖਾ ਦਿੰਦੇ ਹਾਂ ਹੁਣ ਜਿਹੜਾ ਤੁਹਾਨੂੰ ਪਹਿਲਾ ਮੈਥਡ ਦੱਸਿਆ ਕਿ ਆਪਾਂ ਲੋਨ ਦੇ ਨੀਚੇ ਬ੍ਰੈਕਟ 'ਚ ਲਿਖ ਦਿੰਦੇ ਹੁੰਦੇ ਹਾਂ ਸਿਕਿਉਰਡ ਬਾਏ 5,000 ਡਿਵੈਂਚਰ ਆਫ ਰੁਪਏ 100 ਇੰਚ ਐਵੇਂ ਪਖੰਡ ਕਰਕੇ ਹੁਣ ਬ੍ਰੈਕਟ 'ਚ ਪਾਉਣ ਦੀ ਲੋੜ ਨਹੀਂ ਹੁਣ ਬਾਕਾਇਦਾ ਇੱਕ ਪ੍ਰੋਪਰ ਲਾਈਨ ਲਿਖੀ ਜਾਏਗੀ ਉਹਦੇ ਵਿੱਚ ਲਿਖਾਂਗੇ ਕਿਆ ਦੇਖੋ ਇਹ ਬੈਲੈਂਸ ਸ਼ੀਟ ਤਾਂ ਸ਼ੋਅ ਨਹੀਂ ਹੋਣਗੇ ਬੈਲੈਂਸ ਸ਼ੀਟ 'ਚ ਨਹੀਂ ਸ਼ੋਅ ਹੋਣਗੇ ਸਿਰਫ ਨੋਟ ਟੂ ਅਕਾਊਂਟਸ ਸ਼ੋਅ ਹੋਣਗੇ ਸ਼ੋਅ ਵੀ ਕਿਵੇਂ ਹੋਣਗੇ ਬੜੀ ਚਲਾਕੀ ਨਾਲ ਉਹਦੇ ਸ਼ੋਅ ਕਰਾਂਗੇ 5,000 ਡਿਵੈਂਚਰਸ
ਆਫ ਰੁਪਏ 100 ਈਚ ਕਿੰਨਾ ਬਣ ਗਿਆ 5 ਲੱਖ ਹੋ ਗਿਆ ਇੱਥੇ ਇਹਦੇ ਵਿੱਚ ਲਿਖ ਦਾਂਗੇ ਲੈਸ ਡਿਵੈਂਚਰਸ ਸਸਪੈਂਸ ਅਕਾਊਂਟ ਦੇਖੋ ਤੁਸੀਂ ਆਪ ਸਮਝੋ ਨਾ ਤਾਂ ਸਸਪੈਂਸ ਅਕਾਊਂਟ ਕਿਤੇ ਸ਼ੋਅ ਕਰਾਂਗੇ ਆਪਾਂ ਬੈਲੈਂਸ ਸ਼ੀਟ 'ਚ ਨਾ ਹੀ ਕਿਤੇ ਆਹ ਵਾਲਾ ਡਿਵੈਂਚਰ ਕਿਉਂਕਿ ਇਹ ਥੱਲੇ ਹੀ ਆਪਾਂ ਨੋਟ ਅਕਾਊਂਟਸ ਨਿਬੇੜ ਦਾਂਗੇ ਇਹਦਾ ਕ੍ਰੈਡਿਟ ਬੈਲੈਂਸ ਹੈ ਡਿਵੈਂਚਰ ਅਕਾਊਂਟ ਦਾ ਸਸਪੈਂਸ ਹੈ ਡੈਬਿਟ ਬੈਲੈਂਸ ਹੈ 5 ਲੱਖ ਮਾਈਨਸ 5 ਲੱਖ ਸ਼ੋਅ ਕਰਾਂਗੇ ਇਹ ਤਾਂ ਸ਼ੋਅ ਕਰ ਦਾਂਗੇ ਨਿਲ ਖਤਮ ਉੜ ਗਿਆ ਸਾਫ ਇਹ ਤਰੀਕਾ ਹੈ ਅਗਰ ਸ਼ੋਅ ਕਰਨਾ ਦੂਸਰਾ ਤਰੀਕਾ ਸੀਗਾ ਬ੍ਰੈਕਟ 'ਚ ਲਿਖ ਕੇ ਸ਼ੋਅ ਨਹੀਂ ਕਰਨ ਦਾ ਬਸ ਇਸ ਚੈਪਟਰ 'ਚ ਇੰਨਾ ਕਿ ਮੈਨੂੰ ਲੱਗਦਾ ਹੋਰ ਇਹਦੇ ਵਿੱਚ ਇੱਕ ਹਾਂ ਹਾਂ ਯਾਦ ਆ ਗਿਆ ਇੰਟਰਸਟ ਔਨ ਡਿਵੈਂਚਰ ਉਹ ਪੁਆਇੰਟ ਸੌਖਾ ਹੀ ਹੈ ਦੇਖੋ ਇੰਨਾ ਕਿ ਮੈਂ ਤਾਂ ਸਿਰਫ ਐਂਟਰ ਦੱਸ ਦਿੰਦਾ ਤੁਹਾਨੂੰ ਜੇ ਤੁਸੀਂ ਡਿਵੈਂਚਰ 'ਤੇ ਤਾਂ ਇੰਟਰਸਟ ਦੇਣਾ ਇੰਟਰਸਟ ਔਨ ਡਿਵੈਂਚਰ ਡੈਬਿਟਡ ਟੂ ਸਿੱਧਾ ਬੈਂਕ ਨਾਲ ਲਿਖਿਓ ਬਸ ਇੰਨਾ ਕਿ ਪੁਆਇੰਟ ਪਹਿਲਾਂ ਲਿਖ ਲਓ ਡਿਵੈਂਚਰ ਹੋਲਡਰ ਫਿਰ ਡਿਵੈਂਚਰ ਹੋਲਡਰ ਡੈਬਿਟਡ ਟੂ ਬੈਂਕ ਅਕਾਊਂਟ ਬਸ ਅਗਰ ਸਾਲ 'ਚ ਇੱਕ ਵਾਰ ਇੰਟਰਸਟ ਪੇ ਕੀਤਾ ਤਾਂ 2 ਐਂਟਰੀਆਂ ਅਗਰ ਸਾਲ 'ਚ 2 ਵਾਰੀ ਇੰਟਰਸਟ ਪੇ ਕੀਤਾ ਮਤਲਬ ਵਿਹਲੇ ਬਹੁਤ ਨੇ ਅਕਾਊਂਟੈਂਟ ਅਗਰ ਸਾਲ 'ਚ 2 ਵਾਰ ਇੰਟਰਸਟ ਪੇ ਕੀਤਾ ਤਾਂ ਫਿਰ 2 ਦੀ ਬਜਾਏ 4 ਐਂਟਰੀਆਂ ਠੀਕ ਹੈ ਜੀ ਹਾਂ ਇੱਕ ਤੀਜੀ ਐਂਟਰੀ ਪਏਗੀ ਜਾਂ ਚੌਥੀ ਤੋਂ ਬਾਅਦ ਲਾ ਲਓ 5ਵੀਂ ਐਂਟਰੀ ਪਏਗੀ ਉਹ ਇੱਕੋ ਹੀ ਪਏਗੀ ਉਹ ਕਿਆ ਐਂਟਰੀ ਪਏਗੀ P&L ਸਟੇਟਮੈਂਟ ਕਿਉਂਕਿ ਸਾਰੇ ਖਰਚੇ ਆਪਾਂ P&L 'ਚ ਭੇਜ ਦੇਣੇ ਹੁੰਦੇ ਹਾਂ ਤਾਂ ਜਿਹੜਾ ਇੰਟਰਸਟ ਵਾਲਾ ਖਰਚਾ ਇਹਨੂੰ ਵੀ ਆਪਾਂ P&L 'ਚ ਭੇਜ ਦਾਂਗੇ P&L ਸਟੇਟਮੈਂਟ ਅਕਾਊਂਟ ਡੈਬਿਟ ਟੂ ਇੰਟਰਸਟ ਔਨ ਡਿਵੈਂਚਰ ਠੀਕ ਇੱਕ ਚੀਜ਼ ਹੋਰ ਯਾਦ ਆ ਗਈ ਆ ਜਿਹੜਾ ਲੋਸ ਨਹੀਂ ਸੀ ਹੋਇਆ ਪਿੱਛੇ ਜਿਹੜਾ ਆਪਾਂ ਕੀਤਾ ਕੁਸ਼ਚਨ ਪਿੱਛੇ ਜਿਹੜੇ ਆਪਾਂ ਐਂਟਰੀ ਕੀਤੀਆਂ ਨੇ ਲੋਸ ਕਰਦੇ ਸੀ ਆਪਾਂ ਡਿਵੈਂਚਰ ਨੂੰ ਇਸ਼ੂ ਕਰਨ ਲੱਗਿਆ ਹੋਇਆ ਠੀਕ ਹੈ ਪ੍ਰੀਮੀਅਮ ਕਰਕੇ ਹੋਇਆ ਡਿਸਕਾਊਂਟ ਕਰਕੇ ਹੋਇਆ ਉਹ ਲੋਸ ਨੂੰ ਰਾਈਟ ਆਫ ਕਰਨ ਦੀਆਂ ਐਂਟਰੀਆਂ ਵੀ ਬੜੀ ਇੰਪੋਰਟੈਂਟ ਨੇ ਸਿੰਪਲ ਹੈ ਵੈਸੇ ਇੰਨਾ ਖਾਸ ਨਹੀਂ ਹੈਗਾ ਕਿਵੇਂ ਸਿਕਿਉਰਿਟੀ ਪ੍ਰੀਮੀਅਮ ਅਕਾਊਂਟ ਅਡੈਪਟਡ ਟੂ ਲੋਸ ਔਨ ਡਿਵੈਂ ਲੋਸ ਔਨ ਇਸ਼ੂ ਆਫ ਡਿਵੈਂਚਰ ਅਕਾਊਂਟ ਬਸ ਇੰਨੀ ਕੁ ਐਂਟਰੀ ਹੈ ਬਸ ਇਹੀ ਹੈ ਹਾਂ ਇੱਕ ਚੀਜ਼ ਖਾਸ ਦੱਸ ਦੇਵਾਂ ਕਈ ਵਾਰ ਲਹਿਰ ਲੱਗ ਜਾਂਦੀ ਹੈ ਮੰਨ ਕੇ ਚੱਲੋ 500 ਰੁਪਏ ਦਾ ਪ੍ਰੀਮੀਅਮ ਹੈ ਅਤੇ ਤੁਹਾਡਾ ਲੋਸ ਹੈਗਾ 800 ਦਾ ਫਿਰ ਕੀ ਕਰੋਗੇ ਫਿਰ ਇੱਦਾਂ ਹੋਏਗਾ ਜੀ ਇੱਥੇ ਪਵੇਗਾ P&L ਸਟੇਟਮੈਂਟ ਡੈਬਿਟਡ 300 ਕਿਸੇ ਹੁਸ਼ਿਆਰ ਬੱਚੇ ਨੇ ਹੁਸ਼ਿਆਰੀ ਨਹੀਂ ਮਾਰਨੀ ਕਿ P&L ਸਟੇਟਮੈਂਟ 800 ਲਿਖ ਕੇ ਇੱਥੇ 800 ਲਿਖੋ ਕਿ ਸਿਕਿਉਰਿਟੀ ਪ੍ਰੀਮੀਅਮ ਅਗਰ ਤੁਸੀਂ ਸ਼ੋਅ ਹੀ ਨਾ ਕਰੋ ਉਹ ਗਲਤ ਹੈ ਸਿਕਿਉਰਿਟੀ ਪ੍ਰੀਮੀਅਮ 'ਚੋਂ ਪਹਿਲਾਂ ਪੈਸੇ ਕੱਢਣੇ ਨੇ ਜੇ ਪੈਸੇ ਪੂਰੇ ਨਹੀਂ ਹੁੰਦੇ ਫਿਰ P&L 'ਚੋਂ ਕੱਢਣੇ ਨੇ ਪਹਿਲਾਂ ਸਿਕਿਉਰਿਟੀ ਪ੍ਰੀਮੀਅਮ 'ਚੋਂ ਕੱਢਣੇ ਨੇ ਫਿਰ P&L 'ਚੋਂ ਕੱਢਣੇ ਨੇ ਠੀਕ ਹਾਂ ਇੱਕ ਕੇਸ ਹੋਰ ਆ ਸਕਦਾ ਮੰਨ ਕੇ ਚੱਲੋ ਕਿ ਤੁਹਾਡੀ ਬੁੱਕਸ ਦੇ ਵਿੱਚ ਸਿਕਿਉਰਿਟੀ ਪ੍ਰੀਮੀਅਮ 500 ਦਾ ਸੀਗਾ ਪਰ ਲੋਸ ਹੋਇਆ ਸਿਰਫ 200 ਦਾ ਤਾਂ ਆਪਾਂ ਇੱਥੇ 500 ਲਿਖ ਕੇ ਬੇਵਕੂਫੀ ਨਹੀਂ ਕਰਨੀ ਸਿਰਫ 200 ਹੀ ਯੂਜ਼ ਕਰਾਂਗੇ ਬਸ 500 ਦਿਖਾਉਣਾ ਹੀ ਕਿਉਂ ਹੈ ਜਿਵੇਂ ਜੇਬ 'ਚ ਮੇਰੇ 500 ਰੁਪਏ ਆ ਅਤੇ ਮੈਂ ਚੀਜ਼ 200 ਰੁਪਏ ਦੀ ਲੈਣੀ ਹੈ 200 ਰੁਪਏ ਲਗਾਉਣੇ ਨੇ ਨਾ ਤਾਂ 200 ਰੁਪਏ ਜੇਬ 'ਚੋਂ ਕੱਢੂੰਗਾ ਮੈਂ ਸਾਰਾ 500 ਰੁਪਏ ਕੱਢ ਕੇ ਲੈਰ ਆਉਂਦਾ ਫਿਰ ਚੰਗੀ ਗੱਲ ਥੋੜ੍ਹੀ ਠੀਕ 200 ਲਗਾਉਣਾ ਤਾਂ 200 ਸ਼ੋਅ ਕਰਾਂਗੇ 500 ਪੂਰਾ ਸ਼ੋਅ ਨਹੀਂ ਕਰਨਾ ਚੈਪਟਰ ਮੁੱਕਿਆ ਮੈਨੂੰ ਲੱਗਦਾ